ਸੁਰਿੰਦਰ ਹੈ ਇੱਕ ਵਿਅਕਤੀ ਜੀ, ਅਤੇ ਸਪੈਸ਼ਲ ਸੈੱਲ ਦੀ ਟੀਮ ਕਾਫੀ ਦਿਨਾਂ ਤੋਂ ਲੱਗੀ ਸੀਗੀ ਇਹਨਾਂ ਦੇ ਪਿੱਛੇ, ਕਾਫੀ ਟਾਈਮ, ਇਹ 2-2.5 ਮਹੀਨੇ ਆਊਟ ਆਫ ਸਟੇਟ ਵੀ ਰਹਿ ਕੇ ਆਇਆ, ਅਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਇਹਨੂੰ ਨੈਪ ਕਰ ਲਿਆ ਗਿਆ, ਅਤੇ 3 ਕੇਸਿਸ 'ਚ PO ਹੈ, ਵਾਂਟਡ ਸੀਗਾ ਜੀ, 15 ਕੇਸਿਸ ਆਲਰੇਡੀ ਰਜਿਸਟਰਡ ਹੈ ਇਹਦੇ ਅਗੇਂਸਟ, 7 ਕੇਸਿਸ ਜਿਹੜੇ ਅਟੈਂਪਟ ਟੂ ਮਰਡਰ ਦੇ ਹੈ, ਡਿਕੋਇਟੀ, ਐਕਸਟੋਰਸ਼ਨ, ਆਰਮਸ ਐਕਟ, ਅਤੇ ਜਿਹੜਾ ਕੈਟੇਗਰੀ ਏ ਗੈਂਗਸਟਰ ਹੈ ਭਾਣਾ, ਜੇਲ੍ਹ 'ਚ ਬੰਦ ਹੈ, ਉਹਦਾ ਇਹ ਰਾਈਟ ਹੈਂਡ ਮੈਨ ਸੀਗਾ ਅਤੇ ਉਹਦਾ ਸਾਥੀ ਹੈ ਭਾਣਾ ਗੌਂਡਰ, ਜਿਹੜਾ ਹੈ ਉਹ ਗੈਂਗ ਦਾ ਇਹ ਐਸੋਸੀਏਟ ਸੀਗਾ, ਅਤੇ ਇਹਦੇ ਪੁਜੀਸ਼ਨ ਤੋਂ 3 ਵੈਪਨ, ਕੰਟਰੀ ਮੇਡ ਵੈਪਨ ਸਾਨੂੰ ਬਰਾਮਦ ਹੋਏ, ਅਤੇ ਨਸ਼ਾ ਕਰਨ ਦਾ ਵੀ ਆਦੀ ਹੈ, ਕਈ ਵਾਰ ਇਹਨੇ ਛੋਟੀ ਮੋਟੀ ਤਸਕਰੀ ਵੀ ਕੀਤੀ ਹੈ, 250-260 ਗ੍ਰਾਮ ਦੇ ਕਰੀਬ ਹੀਰੋਇਨ ਵੀ, ਪਿਓਰ ਹੀਰੋਇਨ ਬਰਾਮਦ ਹੋਈ ਇਸ ਤੋਂ, ਅਤੇ 302 ਦਾ ਵੀ ਇਹਦੇ ਉੱਤੇ ਮੁਕਰਮਾ ਹੈ, 8 ਸਾਲ ਰਹਿ ਕੇ ਆਇਆ ਜੇਲ੍ਹ 'ਚ, 6 ਤੋਂ 8 ਸਾਲ ਇਹਦੇ ਵਿੱਚ ਰਹਿ ਜੇਲ੍ਹ 'ਚ ਰਹਿ ਕੇ ਆਇਆ। ਕੋਈ ਕੁਸ਼ਚਨ ਹੈ ਤਾਂ ਪੁੱਛ ਲਓ। ਵਾਰਦਾਤ ਇਹ ਸ਼ਹਿਰ 'ਚ ਛੋਟੀ ਮੋਟੀ ਐਕਸਟੋਰਸ਼ਨਸ ਹੋ ਗਈਆਂ, ਜਿਵੇਂ ਪੈਟਰੋਲ ਪੰਪ ਓਨਰ ਹੋ ਗਏ, ਢਾਬਾ ਓਨਰ ਹੋ ਗਏ, ਪਾਰਕਿੰਗ ਦੀ ਹੋ ਗਈ, ਐਕਸਟੋਰਸ਼ਨ ਕਰਦਾ ਸੀਗਾ ਜੀ ਇਹ। ਹੁਣ ਮੇਰੇ ਖਿਆਲ ਤੋਂ 1.5 ਸਾਲ ਹੋ ਗਿਆ ਬਾਹਰ, ਇੱਥੇ ਜਲੰਧਰ, ਜਲੰਧਰ ਅਰੈਸਟ ਕੀਤਾ, ਇਹ ਤਾਂ ਕਾਫੀ ਟਾਈਮ ਤੋਂ ਹੈ ਜੀ। ਬਾਹਰ ਵੀ ਤਾਂ ਜਲੰਧਰ, ਜਲੰਧਰ ਰੂਰਲ, ਨਵਾਂ ਸ਼ਹਿਰ, ਕਪੂਰਥਲਾ ਜੀ, ਹਾਂਜੀ, ਕੰਟਰੀ ਮੇਡ ਵੈਪਨ ਇਹ MP ਤੋਂ ਰੂਪਾ ਜੀ ਹੈ ਜੀ, ਵੱਡੀ ਵਾਰਦਾਤ ਵੀ ਉਹ ਇਨ ਕੋਰਸ ਆਫ ਟਾਈਮ ਤੁਹਾਨੂੰ ਦੱਸ ਦਿੱਤੀ ਜਾਊ। 3 ਕੇਸਿਸ 'ਚ PO ਮੇ ਬੀ, ਆਈ ਡੋਂਟ ਨੋ ਦ ਡਿਟੇਲਸ ਰਾਈਟ ਨਾਓ, ਬਟ ਦੇਰ 3 ਕੇਸਿਸ, ਜਲੰਧਰ ਦੀ ਕੇਸਿਸ ਹੈ। ਓਪਰੇਟਿਵ ਤਾਂ ਹਰ ਜਗ੍ਹਾ ਅਲੱਗ ਅਲੱਗ ਨੇ, ਜਿਵੇਂ ਗੌਂਡਰ ਦਾ ਜਿਹੜਾ ਮੇਨ ਸਾਥੀ ਸੀਗਾ ਭਾਣਾ ਸੀਗਾ, ਅਤੇ ਭਾਣੇ ਦਾ ਮੇਨ ਐਸੋਸੀਏਟ ਜਿਹੜਾ ਆਈ ਹੈ ਹੈ, ਇਹਦੇ ਨਾਲ ਤਾਂ ਹੈ 3-4 ਮੁੰਡੇ ਹੈ ਇਹਦੇ ਨਾਲ। ਇਹਦਾ ਰੋਲ ਦੇਖੋ, ਪਤਾ ਕੀ ਹੁੰਦਾ ਕਿ ਇਟ ਇਜ਼ ਅਟੈਚਮੈਂਟ ਜਿਹੜੀ ਹੁੰਦੀ ਹੈ ਉਹ 3 ਐਂਗਲਸ ਤੋਂ ਹੁੰਦੀ ਹੈ। ਪਹਿਲੀ ਚੀਜ਼ ਤਾਂ ਹੁੰਦੀ ਹੈ ਕਿ ਅਗਰ ਤੁਸੀਂ ਕਿਸੇ ਹੋਰ ਨਾਲ ਅਟੈਚ ਹੋ ਗਿਆ, ਕਿਸੇ ਹੋਰ ਜ਼ਿਲ੍ਹੇ ਦੇ ਜਾਂ ਕਿਸੇ ਹੋਰ ਸਟੇਟ ਦੇ, ਤਾਂ ਤੁਹਾਨੂੰ ਲੋਜਿਸਟਿਕ ਸਪੋਰਟ ਮਿਲ ਜਾਂਦੀ ਹੈ। ਜਦ ਤੁਸੀਂ ਭੱਜੇ ਹੋਏ ਹੋ, ਤੁਹਾਨੂੰ ਠਹਿਰ ਮਿਲ ਜਾਊਗੀ, ਤੁਹਾਨੂੰ ਗੱਡੀ ਮਿਲ ਜਾਊਗੀ, ਥੋੜ੍ਹਾ ਪੈਸਾ ਮਿਲ ਜਾਊਗਾ, ਇੱਕ ਤਾਂ ਇਹ ਹੁੰਦਾ ਅਰੇਂਜਮੈਂਟ, ਲੋਜਿਸਟਿਕ ਸਪੋਰਟ ਜਿਹਨੂੰ ਕਹਿ ਸਕਦੇ। ਦੂਜੀ ਚੀਜ਼ ਜਿਹੜੀ ਹੈ ਕਿ ਔਰਗਨਾਈਜ਼ਡ ਕ੍ਰਾਈਮ ਨੂੰ ਅੰਜਾਮ ਦੇਣ ਲਈ ਤੁਹਾਨੂੰ ਮੈਨ ਪਾਵਰ ਮਿਲ ਜਾਂਦੀ ਹੈ, ਠੀਕ ਹੈ। ਤੁਹਾਡਾ ਕਿਸੇ ਨਾ ਕਿਸੇ ਸ਼ਹਿਰ 'ਚ, ਕਸਬੇ 'ਚ ਜਾਂ ਕਿਸੇ ਸਟੇਟ 'ਚ ਇੱਕ ਪੁਆਇੰਟ ਮੈਨ ਹੁੰਦਾ ਕਿ ਸਾਨੂੰ ਕੋਈ ਪ੍ਰੋਬਲਮ ਆਈ ਤਾਂ ਫਲਾਣਾ ਬੰਦਾ ਬੈਠਾ, ਪਾਰਟ ਆਫ ਅਰੇਂਜਮੈਂਟ, 3 ਦਿਨ ਦਾ ਰਮਾਨ।